ਸਤਿ ਸ਼੍ਰੀ ਅਕਾਲ ਜੀ, ਆਪਾਂ ਡਿਸਕਸ ਕਰਾਂਗੇ PMS ਦੇ ਵਿੱਚ ਜੋ ਬੇਸਿਕ ਸੈਟਿੰਗਸ ਨੇ ਉਹ ਕਿਸ ਤਰ੍ਹਾਂ ਕੀਤੀਆਂ ਜਾਂਦੀਆਂ ਨੇ, ਜਾਂ ਫਸਟ ਟਾਈਮ ਉਹਨੂੰ ਕਿਸ ਤਰ੍ਹਾਂ ਯੂਜ਼ ਕਰਨਾ। ਫਸਟ ਟਾਈਮ ਜੋ ਯੂਜ਼ਰ ਆਈਡੀ ਬਾਈ ਡਿਫਾਲਟ ਦੇ ਵਿੱਚ ਸੈੱਟ ਕੀਤਾ ਹੋਇਆ GHS ਕਿਲ, ਸੇਮ ਇਹ ਜੋ ਯੂਜ਼ਰ ਆਈਡੀ ਹੈ ਇਸੇ ਨੂੰ ਐਜ ਏ ਪਾਸਵਰਡ ਯੂਜ਼ ਕੀਤਾ ਗਿਆ GHS ਕਿਲ, ਦਿਸ ਇਜ਼ ਬਾਈ ਡਿਫਾਲਟ। ਇਸ ਨੂੰ ਜਦੋਂ ਇਹ ਵਿੰਡੋ ਓਪਨ ਹੁੰਦੀ ਹੈ ਤਾਂ ਇਸ ਦੇ ਵਿੱਚ ਆਪਾਂ ਜੋ ਫਸਟ ਟਾਈਮ ਯੂਜ਼ ਕਰਨ ਤੋਂ ਪਹਿਲਾਂ ਬੇਸਿਕ ਸੈਟਿੰਗ ਐਡਮਿਨ ਲੌਗਇਨ ਦੇ ਲਈ ਆਪਾਂ ਐਡਮਿਨ ਪਾਸਵਰਡ ਜੋ ਤੁਹਾਨੂੰ ਮੇਲ ਦੇ ਵਿੱਚ ਦਿੱਤਾ ਗਿਆ ਜਾਂ ਜੋ ਤੁਹਾਨੂੰ ਇਸ ਸੌਫਟਵੇਅਰ ਦੇ ਨਾਲ ਦਿੱਤਾ ਗਿਆ, ਹੁਣ ਆਪਣੀ ਐਡਮਿਨਿਸਟ੍ਰੇਟਰ ਲੌਗਇਨ ਵਾਲੀ ਵਿੰਡੋ ਓਪਨ ਹੋ ਗਈ ਜੀ। ਲੌਗਇਨ ਐਸ ਐਡਮਿਨਿਸਟ੍ਰੇਟਰ, ਇਸ ਦੇ ਵਿੱਚ ਆਪਾਂ ਸੈਟਿੰਗਸ ਦੇ ਉੱਪਰ ਕਲਿੱਕ ਕਰਾਂਗੇ। ਫਸਟ ਹੈਗਾ ਆਰਗਨਾਈਜੇਸ਼ਨ ਡਿਟੇਲਸ, ਇਸ ਦੇ ਵਿੱਚ ਜੋ ਕਿਸੇ ਆਰਗਨਾਈਜੇਸ਼ਨ ਦੀ ਜੋ ਬਿੱਲ ਬਣਾਉਣ ਲਈ ਜੋ ਡਿਟੇਲਸ ਚਾਹੀਦੀਆਂ ਨੇ ਉਹ ਇੱਥੇ ਦਿੱਤੀਆਂ ਗਈਆਂ ਨੇ, ਜੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗਲੀ ਮੋਡੀਫਾਈ ਕਰ ਸਕਦੇ ਹੋ। ਫੋਰ ਐਗਜ਼ਾਮਪਲ ਮਿਡਲ ਸਕੂਲ, ਸੋਰੀ ਦਿਸ ਇਜ਼ ਹਾਈ ਸਕੂਲ। ਤੁਸੀਂ ਇਹ ਸਾਰੀ ਡਿਟੇਲਸ ਆਪਣੀ ਚੋਇਸ ਦੇ ਅਕੋਰਡਿੰਗਲੀ ਮੋਡੀਫਾਈ ਕਰ ਸਕਦੇ ਹੋ। ਇਹ ਜੋ ਦੋ ਕਾਲਮ ਨੇ ਇਹ ਬਾਈ ਡਿਫਾਲਟ ਅਨਮੋਲ ਲਿਪੀ ਦੇ ਅਕੋਰਡਿੰਗਲੀ ਸੈੱਟ ਕੀਤੇ ਹੋਏ ਨੇ। ਉਸ ਤੋਂ ਬਾਅਦ ਜੋ DDO ਡੈਜ਼ਿਗਨੇਸ਼ਨ, DDO ਕੋਡ, DDO ਰਜਿਸਟ੍ਰੇਸ਼ਨ ਨੰਬਰ, ਟੈਨ ਨੰਬਰ, ਟ੍ਰੈਜਰੀ ਨੇਮ, ਟ੍ਰੈਜਰੀ ਕੋਡ ਤੇ ਟ੍ਰੈਜਰੀ ਰਜਿਸਟ੍ਰੇਸ਼ਨ ਨੰਬਰ, ਇਹ ਜੋ ਦੋ DDO ਰਜਿਸਟ੍ਰੇਸ਼ਨ ਨੰਬਰ ਤੇ DDO ਟ੍ਰੈਜਰੀ ਨੰਬਰ, ਟ੍ਰੈਜਰੀ ਰਜਿਸਟ੍ਰੇਸ਼ਨ ਨੰਬਰ, ਇਹ ਜ਼ਿਆਦਾਤਰ CPF ਇੰਪਲੋਈਜ਼ ਦੇ ਜੋ ਬਿੱਲ ਨੇ ਉਹਨਾਂ ਦੇ ਸ਼ਡਿਊਲ ਦੇ ਵਿੱਚ ਇਹਨਾਂ ਦੀ ਜ਼ਰੂਰਤ ਪੈਂਦੀ ਹੈ। ਬਾਕੀ ਜੋ ਸਾਰੀ ਡਿਟੇਲਸ ਨੇ ਇਹ ਆਪਾਂ ਨੂੰ ਅਲੱਗ ਅਲੱਗ ਪੇ ਬਿੱਲ ਦੇ ਉੱਪਰ ਇਹਨਾਂ ਦੇ ਮੈਂਸ਼ਨ ਹੁੰਦੇ ਨੇ, ਜਾਂ ਜੋ ਅਲੱਗ ਤਰ੍ਹਾਂ ਦੀ ਕੋਈ ਡਿਫਰੈਂਟ ਆਪਾਂ ਕੋਈ ਰਿਪੋਰਟ ਤਿਆਰ ਕਰਦੇ ਹਾਂ ਉਹਨਾਂ ਦੇ ਵਿੱਚ ਇਹਨਾਂ ਦੀ ਲੋੜ ਪੈਂਦੀ ਹੈ। ਇਸ ਕਰਕੇ ਆਪਾਂ ਨੂੰ ਸਭ ਤੋਂ ਪਹਿਲਾਂ PMS ਦੇ ਵਿੱਚ ਇਹ ਬੇਸਿਕ ਸੈਟਿੰਗਸ ਕਰ ਲੈਣੀਆਂ ਬਹੁਤ ਜ਼ਰੂਰੀ ਹੈ। ਇਹ ਕਰਨ ਤੋਂ ਬਾਅਦ ਆਪਾਂ ਕਲਿੱਕ ਕਰਾਂਗੇ ਅਪਡੇਟ ਬਟਨ, ਤਾਂ ਜੋ ਚੇਂਜਸ ਤੁਸੀਂ ਇੱਥੇ ਕੀਤੀਆਂ ਉਹ ਆਪਣੇ ਆਪ ਸੇਵ ਹੋ ਜਾਣਗੇ ਡਾਟਾਬੇਸ ਦੇ ਵਿੱਚ। ਜੋ ਦੂਸਰੀ ਇੰਪੋਰਟੈਂਟ ਸੈਟਿੰਗ ਹੈ ਉਹ ਹੈ ਜੀ ਅਲਾਉਂਸਿਸ ਸੈਟਿੰਗ। ਗੌਰਮੈਂਟ ਵੱਲੋਂ ਜੋ ਜੋ ਅਲਾਉਂਸਿਸ ਅਨਾਊਂਸ ਕੀਤੇ ਜਾਂਦੇ ਨੇ ਜਿਸ ਤਰ੍ਹਾਂ ਹੁਣ ਮੋਡੀਫਾਈ ਕਰ ਸਕਦੇ ਹੋ, ਫੋਰ ਐਗਜ਼ਾਮਪਲ 60, ਇਹਨਾਂ ਨੂੰ ਚੇਂਜ ਕਰਨ ਤੋਂ ਬਾਅਦ ਜੋ ਨੀਚੇ ਆਪਾਂ ਪੇਬਲ ਦੇ ਨੀਚੇ ਸਰਟੀਫਿਕੇਟ ਦਿੰਦਾ ਉਹਨਾਂ ਦੀ ਕੋਈ ਵਰਡਿੰਗ ਆਪਾਂ ਮੋਡੀਫਾਈ ਕਰਨਾ ਚਾਹੁੰਦੇ ਹਾਂ, ਆਪਾਂ ਸਰਟੀਫਾਈਡ ਦੈਟ ਦਿਸ ਇਜ਼ ਮਾਈ ਬਿੱਲ, ਓਕੇ। ਤੇ ਫੋਰ ਐਗਜ਼ਾਮਪਲ ਤੁਸੀਂ ਕੁਛ ਵੀ ਆਪਣੇ ਅਕੋਰਡਿੰਗਲੀ ਚੇਂਜ ਕਰ ਸਕਦੇ ਹੋ। ਉਸ ਤੋਂ ਬਾਅਦ ਆਪਾਂ ਕਲਿੱਕ ਕਰਾਂਗੇ ਅਪਡੇਟ, ਜੋ ਜੋ ਚੇਂਜਸ ਆਪਾਂ ਇੱਥੇ ਕੀਤੀਆਂ ਉਹ ਆਟੋਮੈਟਿਕਲੀ ਅਪਡੇਟ ਹੋ ਗਈਆਂ। ਉਸ ਤੋਂ ਬਾਅਦ ਕੈਂਸਲ, ਫਿਰ ਉਸ ਤੋਂ ਬਾਅਦ ਆ ਗਿਆ GPF ਇੰਟਰਸਟ ਰੇਟ, ਜੋ ਜੋ ਗੌਰਮੈਂਟ ਵੱਲੋਂ GPF ਇੰਟਰਸਟ ਰੇਟ ਅਨਾਊਂਸ ਕੀਤਾ ਜਾਂਦਾ ਆਪਾਂ ਇੰਟਰਸਟ ਰੇਟ ਇੱਥੇ ਮੈਂਸ਼ਨ ਕਰਨਾ। ਜੋ ਇੰਟਰਸਟ ਕੈਲਕੂਲੇਸ਼ਨ ਨੇ ਉਹ ਆਟੋਮੈਟਿਕਲੀ ਫਿਰ ਇਸ ਇੰਟਰਸਟ ਰੇਟ ਦੇ ਅਕੋਰਡਿੰਗਲੀ ਹੋ ਜਾਂਦੀਆਂ ਨੇ। ਜਿਸ ਤਰ੍ਹਾਂ ਆਪਾਂ ਕੋਈ ਇੰਟਰਸਟ ਰੇਟ ਇੱਥੇ ਐਡ ਕਰਨਾ ਚਾਹੀਏ ਤਾਂ ਇੰਟਰਸਟ ਰੇਟ ਆਪਾਂ ਇੱਥੇ ਐਡ ਕਰ ਦਿਆਂਗੇ। ਉਸ ਤੋਂ ਬਾਅਦ ਪੋਸਟਿੰਗ ਸਟੇਸ਼ਨ, ਜਿਸ ਤਰ੍ਹਾਂ ਕਿਸੇ ਇੱਕ ਸਕੂਲ ਦੇ ਨਾਲ ਕੋਈ ਅਲੱਗ ਮਿਡਲ ਸਕੂਲ ਅਟੈਚ ਹੋ ਸਕਦੇ ਨੇ, ਜਾਂ ਕੋਈ ਇੱਕ DDO ਦੇ ਅੰਦਰ ਕੋਈ ਇੰਪਲੋਈਜ਼ ਜੋਬ ਕਰਦੇ ਨੇ, ਉਹ ਅਲੱਗ ਅਲੱਗ ਪੋਸਟਿੰਗ ਸਟੇਸ਼ਨ ਤੇ ਅਤੇ ਉਹਨਾਂ ਪੋਸਟਿੰਗ ਸਟੇਸ਼ਨ ਦੀ HRS ਲੈਬ ਅਲੱਗ ਅਲੱਗ, ਤਾਂ ਆਪਾਂ ਉਹ ਇੱਥੇ ਐਂਟਰ ਕਰ ਸਕਦੇ ਹਾਂ। ਜੇ ਫਿਰ ਜੋ ਆਪਾਂ ਇੰਪਲੋਈ ਦੀ ਐਂਟਰੀ ਕਰਨੀ ਹੈ ਉਹ ਆਪਣੇ ਕੋਲ ਆਟੋਮੈਟਿਕਲੀ ਹੈ, ਜਿਸ ਤਰ੍ਹਾਂ ਸਪੋਜ਼ ਕਿ ਆਪਾਂ ਐਂਟਰੀ ਕਰਦੇ ਹਾਂ ਡੀ। ਇਹ ਕੈਟੇਗਰੀ ਇਹ ਜੋ HRS ਸਲੈਬਸ ਹੁੰਦੀਆਂ ਨੇ ਜੋ ਗਵਰਨਮੈਂਟ ਵੱਲੋਂ ਅਨਾਊਂਸ ਕੀਤੀਆਂ ਗਈਆਂ ਨੇ, ਵੀ ਕਿਸੇ ਸਿਟੀ ਦੀ ਪਾਪੂਲੇਸ਼ਨ ਦੇ ਅਕੋਰਡਿੰਗ ਜਾਂ ਰੂਰਲ ਏਰੀਆ ਦੇ ਵਿੱਚ ਪੈਂਦਾ ਅਗਰ ਕੋਈ ਸਕੂਲ ਤਾਂ ਅਪਡੇਟ। ਇਹ ਕੁਛ ਸੈਟਿੰਗਸ ਨੇ ਜੋ ਆਪਾਂ ਨੂੰ ਸਭ ਤੋਂ ਪਹਿਲਾਂ PMS ਚਲਾਉਣ ਤੋਂ ਪਹਿਲਾਂ ਆਪਾਂ ਨੂੰ ਕਰ ਲੈਣੀਆਂ ਚਾਹੀਦੀਆਂ ਨੇ। ਥੈਂਕ ਯੂ।